ਪਿੰਡਾਂ ਵਿੱਚ ਮਹਾਰਾਜ ਨੂੰ ਛਾਲ ਕਰਦੇ ਸੀ ਪਿੰਡਾਂ 'ਚ ਭੇਜਣ ਵਾਸਤੇ ਨੌਕਰੀ ਕਰਨ ਵਾਸਤੇ ਪੇਂਡੂ ਪਤਾ ਖੋਲਿਆ ਗਿਆ ਮੈਂ ਸਮਝਦਾ ਸਮੁੱਚੇ ਪੱਤੇ 35 ਪੱਤੇ ਮਹਾਰਾਜਾਂ ਨੂੰ ਜਿਹੜੇ ਮਿਲਦੇ ਸੀਗੇ ਰੈਂਟਰੀ ਕਮੋਡੇਸ਼ਨ ਬਾਰਡਰ ਏਰੀਆ ਪੇਂਡੂ ਏਰੀਆ ਪੱਤਾ ਤੇ ਹੋਰ ਪੱਤੇ ਫਿਕਸ ਫਿਕਸਡ ਜਾਂ ਟ੍ਰੈਵਲਿੰਗ ਰੋਲਸ ਸਾਰੇ ਪੱਤੇ ਜਿਹੜੇ ਸਰਕਾਰ ਨੇ ਬੰਦ ਕਰਕੇ ਰੱਖ ਦਿੱਤੇ ਸਿਰਫ ਤੇ ਸਿਰਫ ਮੈਡੀਕਲ ਰੋਲਸ ਜਿਹੜਾ 1000 ਰੁਪਏ ਮਿਲਿਆ ਬਾਕੀ ਸਾਰੇ ਪੱਤੇ ਨਹੀਂ ਬੰਦ ਕਰਦੇ ਹੈਂਡੀਕੈਪ ਤੋਂ ਤਾਂ ਕਿ ਹੈਂਡੀਕੈਪ ਉਹਨਾਂ ਦੇ ਰੋਲਸ ਬੰਦ ਕਰਕੇ ਰੱਖ ਦਿੱਤੇ ਕਿਰਨੀ ਵਾਲਿਆਂ ਨੂੰ ਦੱਸਿਆ ਉਹ ਜਿਹਦੀ ਕਿਰਨੀ ਉਹਨੂੰ ਦਿੰਦੇ ਸੀਗੇ ਉਹਦਾ ਬੰਦ ਕਰਕੇ ਰੱਖ ਦਿੱਤਾ ਵੀ ਐਨੀ ਬੇਰਹਿਮ ਸਰਕਾਰ ਪਹਿਲੀ ਵਾਰੀ ਦੇਖੀ ਜਿਹੜੀ ਦੇਣ ਦੇ ਬਜਾਏ ਇਲੈਕਸ਼ਨ ਨੇੜੇ ਹੋਵੇ ਮੁਲਾਜ਼ਮਾਂ ਨੂੰ ਲੁੱਟ ਕੇ ਲੈ ਗਈ ਹੋਵੇ ਖੋ ਕੇ ਲੈ ਗਈ ਹੋਵੇ ਇਹ ਪਹਿਲੀ ਵਾਰੀ ਵਾਪਰਿਆ ਸਾਡੇ ਪਹਿਲਾਂ ਸਾਡੀ ਸੁਰਤ ਦੇ ਅੰਦਰ ਉਹਦੇ ਨਾਲ ਹੀ ਜਿਹੜੀ ਅਗਲੀ ਗੱਲ ਤੁਹਾਡਾ ਕਰਨੀ ਚਾਹੁੰਦੇ ਆ ਬਈ ਅੱਗੇ ਵੀ ਪ੍ਰੋਫੈਸ਼ਨਲ ਪੀਰੀਅਡ ਹੁੰਦਾ ਸੀਗਾ ਪੁਰਾਣੇ ਮੁਲਾਜ਼ਮਾਂ ਨੂੰ ਪਤਾ ਸਾਰਿਆਂ ਨੂੰ ਮੁਲਾਜ਼ਮ ਨੂੰ ਰੱਖਦੇ ਸੀਗੇ ਇੱਕ ਸਾਲ ਦਾ ਪ੍ਰੋਫੈਸ਼ਨਲ ਪੀਰੀਅਡ ਹੁੰਦਾ ਸੀਗਾ ਤੇ ਉਹਨੂੰ ਪਹਿਲੇ ਮਹੀਨੇ ਤੋਂ ਪਹਿਲੇ ਦਿਨ ਤੋਂ ਪੂਰੀ ਤਨਖਾਹ ਤੇ ਪੂਰੇ ਭੱਤੇ ਮਿਲਦੇ ਹੁੰਦੇ ਸੀਗੇ ਪਹਿਲਾਂ 15 ਦੇ ਵਿੱਚ ਸਰਕਾਰ ਨੇ 15 ਨੂੰ ਲੈਟਰ ਜਾਰੀ ਕਰ ਦਿੱਤਾ ਵੀ 2 ਸਾਲ ਦਾ ਪ੍ਰੋਫੈਸ਼ਨਲ ਪੀਰੀਅਡ ਹੋਵੇਗਾ 2 ਸਾਲ ਨੂੰ ਮੁੱਢਲੀ ਤਨਖਾਹ ਦਿੱਤੀ ਜਾਵੇਗੀ ਉਹ ਤੋਂ ਬਾਅਦ 16 ਦੇ ਵਿੱਚ ਫੇਰ ਇਹ ਮੈਂ ਸਮਝਦਾ ਪਿਛਲੀ ਜਿਹਨਾਂ ਨਾਲ ਤੁਹਾਡਾ ਗਠਬੰਧਨ ਹੈ ਉਹ ਸਰਕਾਰ ਕਰਕੇ ਗਈ ਸੀਗੀ 15 ਤੇ 16 ਦੇ ਅੰਦਰ 2 ਸਾਲ ਦਾ ਪ੍ਰੋਫੈਸ਼ਨ ਕਰਤਾ 1 ਸਾਲ ਦਾ ਲਾਤਾ ਤੇ 3 ਸਾਲ ਉਹਨੂੰ ਕੋਈ ਪਤਾ ਨਹੀਂ ਮਿਲਣਾ ਕੋਈ ਕੁਛ ਨਹੀਂ ਮਿਲਣਾ ਸਿਰਫ ਮੁੱਢਲੀ ਤਨਖਾਹ ਮਿਲਣੀ ਹੈ 10,300 ਰੁਪਏ 750 ਰੁਪਏ ਦਾ 4 ਰੁਪਏ 3 ਸਾਲ ਦਾ ਨਾਲ ਦੇ ਨਾਲ ਉੱਤੇ ਛੋਟਣ ਜਿਹੜਾ ਬਰਕਰਾਰ ਹੈ ਗੈਰ ਹੈ ਇਸ ਤਰ੍ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਪਹਿਲੀ ਗੱਲ ਤਾਂ ਰੁਜ਼ਗਾਰ ਦੀ ਗਰੰਟੀ ਹੋਵੇ ਆਪਣੇ ਲਈ ਜਿਹੜਾ ਫਿਰ ਵੀ ਆਪਣੀ ਕੁਛ ਮਿਹਨਤ ਦੇ ਆਧਾਰ ਤੇ ਕੁਛ ਬੰਦੇ ਰੁਜ਼ਗਾਰ ਮਿਲਦਾ ਹੈ ਤਾਂ ਰੁਜ਼ਗਾਰ ਦੇ ਨਾਲ ਦੇ ਛੋਟਣ ਨਾ ਹੋਵੇ ਪ੍ਰੋਫੈਸ਼ਨਲ ਪੀਰੀਅਡ ਹੋਵੇ 1 ਸਾਲ ਦਾ ਹੋਵੇ ਤੇ ਤਨਖਾਹ ਪੱਤੇ ਉਹਨੂੰ ਪੂਰੇ ਮਿਲਣੇ ਚਾਹੀਦੇ ਤੁਹਾਡੀ ਸਰਕਾਰ ਮਾਨ ਦੇ ਉੱਤੇ ਤੁਸੀਂ ਇਸ ਗੱਲ ਦੀ ਗਰੰਟੀ ਕਰੋ ਆਪਣੇ ਚੋਣ ਮੈਨੀਫੈਸਟੋ ਵਿੱਚ ਦਰਜ ਕਰੋ ਕਿ ਜੇ ਤਨਖਾਹ ਦਿੱਤੀਆਂ ਉਹਨਾਂ ਨੂੰ ਪੂਰ ਕਰਨ ਦਾ ਤੁਸੀਂ ਇਹ ਵੀ ਪਹਿਲੀ ਵਾਰੀ ਹੋਇਆ ਕਿ ਸਰਕਾਰ ਨੇ ਵੀ ਦੇਖਿਆ ਵੱਡੇ ਵੱਡੇ ਬੋਰਡ ਆ ਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੀ ਘੱਟੋ ਘੱਟ ਤਨਖਾਹ ਕਹਿੰਦੇ ਸੀ 18,000 ਕਰ ਦਿੱਤੀ ਹੈ ਅੱਜ ਜਿਹੜਾ ਜੇ ਘੱਟੋ ਘੱਟ ਤਨਖਾਹ 18,000 ਕਰ ਦਿੱਤੀ ਉਹਨੇ ਤਾਂ ਜਿਹੜਾ ਬੰਦਾ ਇੱਕ 16 ਤੋਂ ਬਾਅਦ ਪ੍ਰੋਫੈਸ਼ਨ ਦੇ ਉੱਤੇ ਲੱਗਿਆ ਹੋਇਆ ਹੈ ਉਹ ਤਾਂ ਉਹਨੂੰ ਵੀ 18,000 ਦੇ ਤੋਂ ਭੱਜੇ ਕਹਿੰਦੇ ਨਹੀਂ ਤੈਨੂੰ ਪ੍ਰੋਫੈਸ਼ਨ ਦੇ ਵਿੱਚ 69,000 ਮਿਲਣੇ ਤੈਨੂੰ 10,300 ਮਿਲਣੇ ਵੀ ਇੱਕ 16 ਤੋਂ 10,000 ਕਿੱਥੋਂ 18,000 ਕਿੱਥੋਂ ਹੋ ਗਈ ਮੁੱਢੀ ਤਨਖਾਹ ਉਹਨਾਂ ਨੇ ਧੋਖਾ ਕੀਤਾ ਉਹਨਾਂ ਨੇ ਪ੍ਰੋਫੈਸ਼ਨ ਪੀਰ ਵਾਲਿਆਂ ਦੇ ਨਾਲ ਉਹਨਾਂ ਨੂੰ 18,000 ਦੇ ਘੱਟੋ ਘੱਟ ਤਨਖਾਹ ਦੇ ਦੇ ਗੇੜ ਚ ਨਹੀਂ ਜਾਂਦਾ ਤੇ ਇਹ ਵੀ ਪਹਿਲੀ ਵਾਰੀ ਵਾਪਰਿਆ ਵੀ ਜਦੋਂ ਪੰਜਾਬ ਦੇ ਅੰਦਰ 17 ਜੁਲਾਈ 2020 ਨੂੰ ਜਿਹੜਾ ਪੱਤਰ ਜਾਰੀ ਕਰ ਦਿੱਤਾ ਕਹਿ ਦਿੱਤਾ ਵੀ ਹੁਣ ਤੁਹਾਡੇ ਤਨਖਾਹ ਸਕੇਲ ਪੰਜਾਬ ਵਾਲੇ ਨਹੀਂ ਮਿਲਣਗੇ ਤੁਹਾਡੇ ਕੇਂਦਰ ਵਾਲੇ ਮਿਲਣਗੇ ਕੇਂਦਰ ਵਾਲਿਆਂ ਨਾਲ ਜੋੜ ਕੇ ਰੱਖ ਦਿੱਤਾ ਗਿਆ ਹੈ ਇਸ ਕਰਕੇ ਅਸੀਂ ਪੰਜਾਬੀ ਹੋਣ ਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪੇਪਰ ਸਥਾਪਿਤ ਕੀਤੇ ਹੈ ਅੱਜ ਅਸੀਂ ਸਮਝਦੇ ਹਾਂ ਸਰਕਾਰਾਂ ਨੇ ਖਾਤੋ ਪੇਪ ਵਿੱਚ ਖੋਣ ਵਾਲੇ ਪਾਸੇ ਚੱਲ ਗਿਆ ਹੈ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਪੇਪ ਵਿੱਚ ਬਿਠਾਉਣ ਨਾ ਨਹੀਂ ਚਾਹੁੰਦੇ ਹੈ ਇਸ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਪੈਨਸ਼ਨਰ ਦਾ ਇਹ ਵੀ ਦੇਖੋ ਪਹਿਲੀ ਵਾਰੀ ਦੇਖਿਆ ਸੀ ਵੀ ਪੇਪ ਵਿੱਚ ਇਹ ਕਹਿ ਰਿਹਾ ਹੈ ਵੀ ਪੈਨਸ਼ਨਰ ਦੀ ਪੈਨਸ਼ਨ ਦੁਆਰਾਈ 2.8 ਦੇ ਜਿਹੜਾ ਗੁਣਾਕ ਜਿਹੜਾ ਹੋਵੇਗੀ ਪਰ ਉਹਨਾਂ ਨੇ ਕਹਿ ਤਾ ਨਵਾਂ ਫਾਰਮੂਲਾ ਕੱਢ ਲਿਆ ਵੀ ਤੁਹਾਡੀ ਜਿਹੜੀ ਹੈ 15% ਲਾਭ 113% ਡੀਏ ਦੇ ਉੱਤੇ ਦਿੱਤਾ ਜਾਊਗਾ ਇਹ ਅਸੀਂ ਪੁੱਛਿਆ ਅਸੀਂ ਮੀਡੀਆ ਨੇ ਵੀ ਪੁੱਛਿਆ ਤੇ ਤੁਹਾਨੂੰ ਵੀ ਕਹਿਣਾ ਚਾਹੁੰਦੇ ਆ ਵੀ ਬੱਚਾ ਬੱਚਾ ਬੋਲ ਰਿਹਾ ਹੈ ਡਾਕੂਮੈਂਟ ਬੋਲਦੇ ਹੈ ਵੀ 1-1-16 ਨੂੰ ਮੈਂ ਗਾਈ ਪਤਾ 125% ਹੈ ਪਰ ਬੇਈਮਾਨਾਂ ਨੇ ਇਹਨਾਂ ਨੇ 113% ਨੂੰ ਆਧਾਰ ਮੰਨ ਕੇ ਅੱਜ ਪੈਨਸ਼ਨ ਵੀ ਲੁੱਟੇ ਗਏ ਤੇ ਮੁਲਾਜ਼ਮ ਵੀ ਲੁੱਟੇ ਆ ਜਦੋਂ 113% ਨੂੰ ਆਧਾਰ ਮੰਨ ਲਿਆ ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਸਾਥ ਸਪਾਰਕ ਕਰੋ ਸਿੱਧੀ ਵੀ ਜੋ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ ਵੀਰੇ ਸਾਹਮਣੇ ਕੀਤਾ ਤੇ ਉਹ ਤੋਂ ਬਾਅਦ ਹੁਣ ਕਾਂਗਰਸ ਨੇ ਕੀਤਾ ਹੈ ਤੇ ਕਿਹਾ ਹੈ ਕਹਾ ਵੀ ਸਾਹਮਣੇ ਇੱਥੇ ਵਾਪਰੂੰਗਾ ਕਿ ਜਾਂ ਤੁਸੀਂ ਆਪਣੇ ਚੋਣ ਮੋਟ ਪੱਤਰ ਦੇ ਵਿੱਚ ਸਾਡੇ ਨਾਲ ਕੋਈ ਵਾਅਦਾ ਕਰੋਗੇ ਤੇ ਤੁਹਾਡੀ ਸਰਕਾਰ ਆਉਣ ਦੇ ਉੱਤੇ ਜੋ ਸਾਡੇ ਨਾਲ ਵਧੀਕੀਆਂ ਹੋ ਰਹੀਆਂ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਮਾਰ ਪੱਤੇ ਵਾਲਿਆਂ ਨਾਲ ਕੀ ਇਹਨਾਂ ਨੂੰ ਪੂਰ ਕਰੋਗੇ ਇਸ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰੋਗੇ ਤੇ ਅਗਲੀ ਗੱਲ ਜਿਹੜੀ ਮਨਜੀਤ ਸਿੰਘ ਸਰਾਹਾ ਜੀ ਮੁਲਾਜ਼ਮਾਂ ਦੇ ਪੈਨਸ਼ਨ ਫੰਡ ਦੀ ਸਮੁੱਚੀ ਟੀਮ ਔਰ ਅਜਿਹੇ ਤੌਰ ਤੇ
चर्चा करने लिए पहुंचे साढ़े बहुत ही सत्कारयोग आगू डॉक्टर जसवीर सिंह जी गढ़ी, क्योंकि मुलाजम धिरां दे वलों वक् वक् मुद्दों के उत्ते वक् वक् लीडर साहबान पोलीटिकल पार्टी के नाल अपनी गलबात सांझी की है, मुद्दे रखे हैं उस लड़ी के तहत, क्योंकि ये प्रभाव ये आवाज कित है लोगों के बच्चे कि कल तुम भी सरकार के एज ए डिप्टी सी एम होना मुलाजमान के मसलों के उत्ते आम लोगों के मसलों के उत्ते गल करने अज समुचिया मुलाजम धिर थोड़े को गलबात साझी करने आए हैं। और मैं पता कि तुम भी संघर्षा के नाल कितने कित जुड़े रहे हो, मुलाजम संघर्षा के नाल मुलाजमान के आए हो, इस करके जी गलबात साथी जामल जी की श्री सराणा जी और साथियों ने रखी है हर मुद्दे के उत्ते ध्यान के नाल तुसी सुनी है। और गुरु नूं मनण वाले लोग, मैं पता है कि आप सारे गुरु गल नूं मनण वाले लोग हैं, बिल्कुल स्पष्ट दो गल्लां ने कि पंजाब दे विच जदों सरकारां दी तब्दीली हुंदी है, सत्ता की तब्दीली हुंदी है, उहदे विच इहनां मुलाजम धिरां दा समुचिया मुलाजम धिरां दा हमेशा वड्डा रोल रहा है। और उस किसे भी मूवमेंट नूं मोड़ दे लई इन्हों का संघर्षा का तिखा से वड्डा रोल रहा। इस करके जिहड़े मुद्दों के उत्ते गलबात साथियों ने रखी है या दो मुद्दे सिर्फ मैं साझे करने हैं, तुसीं ध्यानपूर्वक सारे सुने हैं, वह सटीक वह जवाब होना चाहिए जिहड़ा कल नूं तुसीं लागू कर सको, कि असीं भी कह सकीए कि जिहड़ा वादा तुसीं इत्थे बैठ के साडे नाल कीता वह लागू किया गया, भावें कि वह मुद्दे जिहड़े आ तुहाडे कोल बिल्कुल स्पष्ट लिखे हैं कि जिस पार्टी के नाल तुहाडा गठजोड़ है उस वल्लों भी भावे कितने रखे गए वक्त-वक्त इलैक्ट कटे गए उन्होंने संबंध के विच भी, क्योंकि अज तुसी उन्होंने मुद्दों के भी जवाब दे बनना है, सू सरकार चाहना है तो तुसी जवाब दे बनना है। सो ये मुलाजम धिर वालों जी गल मैं रखनी चाहना है, मुलाजम धिर ये वो खाड़कू धिर ने जिहड़ियां हमेशा संघर्ष के मैदान के विच रहियां, सरकार कोई भी आ जाए कल तुसी भी सरकार के विच आना है, इना सारे मुलाजम साथियों ने बार बार हर मुद्दे के उत्ते तुहाडे नाल गल रखनी है। जदों गल रखनी है अक्सर होंदा है कि गलबात दे टेबल दे उत्तों फैसले हो जाण, चंगी गल है, फैसले होण तों बाद वो लागू हो जाण होर भी चंगी गल है, जदों फैसले हो जांदे आ लागू नहीं होंदे ते फिर इन्हां नूं संघर्षां दे मैदान दे विच निकलना पैंदा, और वो कितें इन्हां दे व्यक्तिगत मुद्दे नहीं होंदे, वो सिर्फ मुलाजमां दे और आम लोगों के मुद्दे बेरोजगारां दे मुद्दे जिहड़े सारे साथियों ने साझे करे, कच्चे मुलाजमां दे मुद्दे जिहदे उत्ते 70,000 मुलाजम पक्का करता जी वड्डे वड्डे बैंगर ला दिते, एक भी नहीं होया उन्हां मुद्दों के उत्ते जवाब उन्हां तों भी मंगणा है ते तुहाडे कोलों भी कल नूं मंगणा कि वह जिहड़े मुद्दे है जदों असीं संघर्ष के मैदान के विच लड़े हैं, क्योंकि मेरा भी मैनूं पता है 1998-2000 के विच उदों अकाली सरकार सी जदों सानूं 18-20 दिन जेल के विच रहना पिया रोपड़ दी धरती दे उत्तों, असीं जेलां दे विचों निकल के क्योंकि उदों शुरू करना जा रहे सीगे, नहीं उदों होया जिहड़ी पुरानी पेंशन दी स्कीम है असीं लागू करवाई, उस तों बाद चार अगली सरकार ने कांग्रेस सरकार ने उहनूं लागू कर दिता गया। जदों संघर्षां दे विच निकले आ तां जेलां भी हुंदियां ने ते सारा कुछ संघर्षां दी वापरदा पाचे दर हुंदे, सो उस संघर्षां दे विच हुण भी साडे बहुत सारे साथियां ने, क्योंकि जिहड़ा लंबा संघर्ष होया बहुत सारे साथियों के उत्ते भाजी दर्द हुए विक्टेमाइज हुए वक् वक् समय के उत्ते जो संघर्ष हुए उन्होंने विक्टेमाइज जिसने के उत्ते इस झूठी सरकार के दोवें मुख्यमंत्रियों के नाल पिछले नाल भी जिहड़ा 4.5 साल राज करके गया ते हुण किते होर फिरदा ते मौजूदा नाल भी जिहड़े वड्डे वादे किए हर वारी मीटिंग के विच वादे किए कि लो जी आ करते जी आ विक्टेमाइज करते जी इन्हां दी ड्यूटी लाती ये हो गए जी, और वह विक्टेमाइजेशन उसे दी उसे तरीके नाल खड़ियां ने। इहदे उत्ते असीं जानना चाहांगे कि आउण साथ तुहाडा की स्टैंड होवेगा, 180 दे हक एक बारी अक्सर होंदा कई बारी कि भावें पे कमीशन की रिपोर्ट लागू होनी होवे जां कोई होर मसला लागू होना होवे, कई बारी भर्ती होंदी है, साडे वेले भी कुछ साथी सीगे जिहड़े चोणां तों पहलां भर्ती हो गए, 2002 दीआं जिहड़ां चोणां होईआं उस पहलां भर्ती होए
उस फिर चोणा तो बाद भर्ती हुई। उस वेले जेड़े कोई फैसले जो जेड़ा इतिहास इश्तिहार देता उस इश्तिहार दे विच जेड़े फैसले तुसी लागू करते वो पहला रद्द भी हुई होने चाहिए ने जेड़े उन्होंने विचों अगे रह गए उन्होंने उत्ते भी उही लागू होने चाहिए। इस करके उन्होंने तो सिर्फ 180 के आपके ने जेड़े इदा दे विकने वाइज होए ने उन्होंने उत्ते भी असीं बिल्कुल स्पष्ट करने हैं कि उन्होंने नाल भी इंसाफ होवे। इस तरह के जिन्हें भी मिट्टे में जिस तरह देते उसके भी तुम अपना स्पष्ट जवाब देते हुए इस समुचिया मुलाजम धिर अपने हक फड़न का जतन करोगे। धन्यवाद जी। जय विद्या पाल। वाहेगुरू खालसा वाहेगुरू फतह। सतियों जी गल मांग पत्र के दादस मांग पत्र थोपिया उन्हें इस उत्ते असी अपनी गल स्पष्ट की है कि वो संबंध में बहुजन समाज पार्टी का की नजरिया है तो वो थोड़े अपनी गल साझी करे बहुजन समाज पार्टी के प्रधान राजीव सिंह गढ़ी उन्होंने।